الحمد لله رب العالمين الرحمن الرحيم مالك يوم الدين إياك نعبد وإياك نستعين اهدنا الصراط المستقيم صراط الذين أنعمت عليهم غير المغضوب عليهم ولا الضالين اللهم صل على محمد وآل محمد وعجل فرج آل محمد صلوات کرو با آواز بلند اللهم صل درود پڑھنا ایک بڑی اہم عبادت مل کے صلوات پڑھو اللہ خوشنودی منتظر زمانہ دی خاطر درود بھیجو اللهم صل اکھ بند کر کے استقبال روح معصوماں دی خاطر درود بھیجو اللہم جڑے موالی بیٹھو حیدر اقرار دے مل کے نام امیر دے گونجو حیدر مہربانی یہاں شریفہ سب تو پہلے تو میری دعا ہی نے کہ مولا کائنات تو ان کل دنیا دے دکھاں تکلیفاں تو محفوظ رکھے ساڈیاں سنازک دور دیاں مجلساں خلاق عالم حقیقی بادشاہی عبادت شمار کرے شغل شمار نہ کرے اس نازک دور دے وچ سر شریف دی عزت محفوظ رہے مریہ حسین حسین کریں دے اٹھی ویے علی علی کریں دے دامن پنجا تے باہراں دا ہوئے ہتھ اساں گنہگاراں دا ہوئے خدا تعالیٰ مانی مجلس میرے عزیز منتظر صاحب دی پوری وچھائی مولا منظور تے مقبول فرماوے انہاں لوگاں دے رزق وچ مولا کائنات برکت پاوے انہاں دے خرچ اخراجات نظر نیاز دربار زہرا وچ مولا منظور تے مقبول فرماوے تساں جتنے آئے بیٹھے ہو اس دربار عالی وچ مولا تہاڈا ٹرایا منظور تے مقبول فرماوے ہن درود بھیجو آل محمد دی ذات اللہم صلی اللہ دیر سر بیٹھے ہو صلوات سارے ہمیں یاد مل کے صلوات کرو اللہم صلی اللہ آؤ جی بسم اللہ بسم اللہ جی بسم اللہ بسم اللہ ہے اجازت میں پڑھائی شروع کروں تو عربی حکم ہے میرا گھر بانی دی حیثیت اچھ میرے بعد جناب ڈکو صاحب کی بلا جناب ملک جعفر تیار صاحب جناب صفدر ساکی صاحب بولو تو انہوں بڑے رنگ لاوے اگلا جڑا پردہ پہ آئی ہوئی میرا عزیز آئی اے ان کوئی لمبی چوڑی پڑھائی نہیں ایک دو شیر قصیدے دے توڑا موڈ ہوئے تھا توڑا موڈ نہ ہوئے تھا میں نہیں پڑھتا حیدر مولا تو انہوں بڑے رنگ لاوے
ਰਬੀਉਲ ਅਵਲ ਦਾ ਮਹੀਨਾ ਇਸ ਮਹੀਨੇ ਦੀ ਨਿਸਬਤ ਸਰਵਰ ਆਲਮ ਨਾਲ ਤੋ ਇੱਕ ਸ਼ੇਰ ਕਸੀਦੇ ਦਾ ਮੁਹੰਮਦ ਪਾਕ ਦੀ ਸ਼ਾਨ ਦਾ ਤੁਸੀਂ ਜੀਓ ਪੈ ਖਤਮੀ ਅਮਰਤਬਤ ਪਮਾਯੰਤਕ ਦੇ ਮਿਸਲਾ ਸਰਵਰ ਆਲਮ ਅਹਿਮਦ ਮੁਖਤਾਰ ਵਜਹ ਤਖਲੀਕ ਕਾਇਨਾਤ ਜਿਹੜੇ ਬੋਲ ਸਗੋਂ ਬੋਲਿਆ ਤੁਹਾਡੀ ਜ਼ਿੰਦਗੀ ਦਾ ਰਾਜ਼ ਹੋਵੇ ਬੋਲੋ ਤੁਹਾਨੂੰ ਵੱਡੇ ਰੰਗ ਲਾਵੇ ਤੇਰੀ ਹਯਾਤੀ ਹੋਵੇ। ਬਜ਼ੁਰਗ ਫਰਮਾਉਂਦੇ ਹਨ ਤੁਹਾਡੇ ਨਬੀ ਦੀ ਜੰਨ ਚੜੀ ਤੁਹਾਡੀ ਹਯਾਤੀ ਹੋਵੇ ਇਸ ਠਾਠ ਦੇ ਨਾਲ ਜੰਨ ਚੜੀ ਇੱਕ ਹਜ਼ਾਰ ਯਕਰੰਗਾ ਘੋੜਾ ਸੱਜੇ ਪਾਸੇ ਅਖੀਰ ਤੇ ਜਨਾਬੇ ਅਮੀਰ ਹਮਜ਼ਾ ਪਏ ਆਉਂਦੇ ਨੂੰ ਜਿਹੜੇ ਬੋਲ ਸਗੋਂ ਬੋਲਿਆ ਹੈ ਇੱਕ ਹਜ਼ਾਰ ਯਕਰੰਗਾ ਘੋੜਾ ਖੱਬੇ ਪਾਸੇ ਅਖੀਰ ਤੇ ਜਨਾਬੇ ਅੱਬਾਸ ਪਏ ਆਉਂਦੇ ਨੂੰ ਇੱਕ ਹਜ਼ਾਰ ਯਕਰੰਗਾ ਘੋੜਾ ਕੰਡ ਦੇ ਪਿੱਛੇ ਭਤੀਜੇ ਦੇ ਨਾਲ ਸਰਕਾਰੇ ਹਜ਼ਰਤ ਇਮਰਾਨ ਜਨਾਬੇ ਅਬੂ ਤਾਲੇ ਪਏ ਆਉਂਦੇ ਨੇ ਉਹ ਜਿਹੜੇ ਅਲੀ ਵਾਲੇ ਹਲਾਲੀ ਮਵਾਲੀ ਆਏ ਬੈਠੇ ਹੋ ਤੇਰੀ ਜ਼ਿੰਦਗੀ ਦਾ ਰਾਜ਼ ਹੋਵੇ ਤੂੰ ਨਾਰਾ ਮਾਰ ਮਤਾ ਯਾਦ ਹੋ ਵੀ ਸਹੀ ਇਸ ਠਾਠ ਦੇ ਨਾਲ ਭਤੀਜੇ ਨੂੰ ਲਾਇਆ ਨਾ ਆਬ ਜ਼ਮਜ਼ਮ ਦੇ ਕਿਨਾਰੇ ਤੇ ਆ ਕੇ ਮੁਹੰਮਦ ਨੂੰ ਗੁਸਲ ਦਿੱਤਾ ਨੇ ਚਾਚਿਆਂ ਨੇ ਹੀਰੇ ਤੇ ਜਵਾਹਰਾਤ ਦੀਆਂ ਝੋਲੀਆਂ ਭਰੀਆਂ ਹੋਈਆਂ ਵਾਰ ਵਾਰ ਕੇ ਮੁਹੰਮਦ ਦੇ ਸਿਰ ਤੋਂ ਪਸਟੇ ਦਿਨ ਬਜ਼ੁਰਗ ਅਧਿਆਨ ਉਸ ਦਿਨ ਦੇ ਮੋਤੀ ਚੂਣੇ ਪਿੱਛੇ ਕਈ ਬੰਦੇ ਖਾਣੇ ਹੀ ਬਣ ਗਏ ਕਿਆ ਬਾਤ ਹੈ ਤੁਹਾਡੀ ਯਾਰ ਤੁਹਾਡੀਆਂ ਜਵਾਨੀਆਂ ਸਲਾਮ ਹੈਦਰੀ ਤੇਰਾ ਮੂੰਹ ਪੱਕਦਾ ਪਿਆ ਇਲੀ ਦਾ ਨਾਂ ਲਿਆ ਹੈਦਰੀ ਤੁਹਾਡੀ ਜ਼ਿੰਦਗੀ ਦਾ ਰਾਜ਼ ਹੋਵੇ ਮੌਲਾ ਤੁਹਾਨੂੰ ਵੱਡੇ ਰੰਗ ਲਾਵੇ ਸਦਕਾ ਪਾਕਾਂ ਦਾ ਜੀਓ ਪੈ ਬਿਸਮਿਲਾ ਜੀ ਇਸ ਸ਼ਾਨ ਸ਼ੌਕਤ ਦੇ ਨਾਲ ਤੁਹਾਡੇ ਨਬੀ ਦੀ ਬਾਰਾਤ ਹੈ ਦਰਵਾਜ਼ੇ ਖਦੀਜਾ ਤੇ ਅੱਗੇ ਮਲੀਕਾ ਤੋਂ ਲਾਰਾ ਭਾਈ ਇਸਨੇ ਬੜਾ ਵਸੀ ਇੰਤਜ਼ਾਮ ਕੀਤਾ ਹੋਇਆ ਹੈ ਤੁਹਾਨੂੰ ਵੇਖ ਕੇ ਬਾਬੇ ਹੋਰਾਂ ਦੀ ਇੱਕ ਗੱਲ ਯਾਦ ਆ ਗਈ ਉਹ ਫਰਮਾਉਂਦੇ ਹਨ ਇੱਕ ਦਿਨ ਖਦੀਜਾ ਦੀਆਂ ਜਿਹੜੀਆਂ ਨਾ ਇੱਕੋ ਜਿਹੜੀਆਂ ਬਛੜਾ ਸਹੇਲੀਆਂ ਉਹਨਾਂ ਖਦੀਜਾ ਨੂੰ ਤਾਨਾ ਮਾਰਿਆ ਉਹਨਾਂ ਕਿਹਾ ਤੂੰ ਉਸ ਨਾਲ ਸ਼ਾਦੀ ਕੀਤੀ ਹੈ ਜਿਹੜਾ ਮੱਕੇ ਦਾ ਯਤੀਮ ਹੈ ਜਿਹੜਾ ਅਬਦੁੱਲਾ ਦਾ ਪੁੱਤਰ ਹੈ ਤੂੰ ਇਤਨੀ ਇੱਜ਼ਤ ਔਰ ਅਜ਼ਮਤ ਵਾਲੀ ਬੀਬੀ ਇਤਨੀ ਸ਼ਾਨ ਔਰ ਸ਼ੌਕਤ ਵਾਲੀ ਮਸਤੂਰ ਇਤਨੀ ਮਾਲਦਾਰ ਔਰਤ ਜਿਹੜਾ ਤੇਰਾ ਵਾਲਿਦ ਹੈ ਨਾ ਖੁਇਲਦ ਉਸ ਦਾ ਤੁਰਾ ਇਮਤਿਆਜ਼ ਅਰਸ਼ ਨਾਲ ਟਕਰਾਉਂਦਾ ਮੁਸਕਰਾ ਕੇ ਕੁਛ ਵਾਕਈ ਜਿਹੜਾ ਮੇਰਾ ਵਾਲਿਦ ਹੈ ਨਾ ਉਹਦਾ ਤੁਰਾ ਇਮਤਿਆਜ਼ ਅਰਸ਼ ਨਾਲ ਟਕਰਾਉਂਦਾ ਤੇ ਜਿਹਦੇ ਨਾਲ ਮੈਂ ਸ਼ਾਦੀ ਕੀਤੀ ਉਹਦੀ ਜੁੱਤੀ ਅਰਸ਼ ਨਾਲ ਟਕਰਾਉਂਦਾ ਕਿਹਦੇ ਠਰ ਗਏ ਸਮਝਦਾਰ ਬੰਦੇ ਤੇਰੀ ਹਯਾ ਤੁਹਾਡੀਆਂ ਜ਼ਿੰਦਗੀਆਂ ਹਾਏਦਾਰੀ ਅਲੀ ਵਾਲੇ ਹਲਾਲੀ ਤੋਂ ਆ ਤੁਝੇ ਕਰ ਗਿਆ ਹਾਏਦਾਰੀ ਮਾਊ ਜੀ ਮੌਲਾ ਤੁਹਾਨੂੰ ਬੜੇ ਰੰਗ ਲਾਵੇ ਗਾਜ਼ੀ ਤੁਹਾਡੀ ਹਯਾਤੀ ਕਰੇ ਬੀਬੀ ਅਦੀ ਮੈਂ ਲੈਦਾ ਹੁਜਰ ਚ ਬੈਠੀ ਆ ਮੈਂ ਸੋਚ ਰਹੀ ਹਾਂ ਮੁਹੰਮਦ ਦੀ ਜੰਜ ਨੂੰ ਲੇਟ ਹੋ ਗਈ ਹੈ ਬਾਰਾਤ ਨੂੰ ਹੁਣ ਚੁੱਪ ਤਾਂ ਕਰ ਬੋ ਬੀਬੀ ਅਦੀ ਸੁਚੇਂਦੀ ਪਈ ਅਮ ਕਿ ਮੈਨੂੰ ਪਤਾ ਲੱਗਾ ਮੁਹੰਮਦ ਦੀ ਬਾਰਾਤ ਆ ਗਈ ਤੇਰੀ ਹਯਾਤੀ ਹੋਵੇ ਤੂੰ ਇੱਕ ਸ਼ੇਰ ਕਸੀਦੇ ਦਾ ਤੂੰ ਸੱਜੀਓ ਪੈ ਮਿਲ ਕੇ ਦਰੂਦ ਭੇਜਵਾ ਲੈ ਮੁਹੰਮਦ ਦੀ ਜ਼ਾਤ ਅੱਲਾਹੁਮਾ ਦਰੂਦ ਇੱਕ ਐਸੀ ਇਬਾਦਤ ਹੈ ਜਿਸ ਵਿੱਚ ਖੁਦ ਖੁਦਾ ਸ਼ਰੀਕ ਮਿਲ ਕੇ ਸਲਵਾਤ ਪੜੋ ਮਿਲ ਕੇ ਅੱਲਾ ਇਨਸ਼ਾਅੱਲਾ ਇਨਸ਼ਾਅੱਲਾ 12 ਫਰਵਰੀ ਮੈਂ ਜ਼ਰੂਰ ਪੜ੍ਹ ਜ਼ਿੰਦਗੀ ਸ਼ਰਤ ਮੌਲਾ ਤੁਹਾਨੂੰ ਬੜੇ ਰੰਗ ਲਾਵੇ ਤੁਹਾਨੂੰ ਤਾਂ ਇਨਸ਼ਾਅੱਲਾ ਕੁਝ ਜੀ ਨਾ ਮਿਲ ਕੇ ਦਰੂਦ ਭੇਜੋ ਆਲੇ ਮੁਹੰਮਦ ਦੀ ਜ਼ਾਤ ਅੱਲਾਹੁਮਾ ਸਲਵਾਤ ਚੱਟੀ ਸਮਝ ਕੇ ਨਾ ਪੜੀ ਕਰੋ ਇਬਾਦਤ ਸਮਝ ਕੇ ਪੜੀ ਕਰੋ ਅੱਲਾਹੁਮਾ ਕਿਰ ਵੱਡਾ ਨਾਰਾ ਮਾਰੋ ਜਿਵੇਂ ਅਲੀ ਅਲੀ ਹੈਦਾਰੇ ਇੰਨਾ ਨਾਰਾ ਨਹੀਂ ਮਾਰਿਆ ਹੈਦਾਰੇ
ਐ ਲੋਈਆ ਲਿਆ ਤੂੰ ਇਨਾਰਾ ਨਹੀਂ ਮਾਰਿਆ ਹੈ ਦਾਰੇ ਹੁਣ ਦਰੂਦ ਭੇਜੋ ਆਲੇ ਮੁਹੰਮਦ ਦੀ ਜ਼ਾਤ ਤੇ ਲਹੁਮਾ ਸਲ ਜੰਜ ਗਾਰੇ ਖਦੀ ਜਾਦ ਆਈ ਹੈ ਕਾਲੀ ਕਮਲੇ ਵਾਲੇ ਦੀ ਅਗਲੇ ਤੇ ਪਿਛਲਿਆਂ ਦੇ ਬੋਲਣ ਦਾ ਮੁਕਾਬਲਾ ਇਹ ਕਾਲੀ ਕਮਲੇ ਵਾਲੇ ਦੀ ਜੰਜ ਕਦਾ ਲਿਓ ਕਦੀ ਜਾਦਿਆ ਹੇ ਕਾਲੀ ਕਮਲੇ ਵਾਲੇ ਦੀ ਜੰਜ ਬੋਲੇ ਮੈਂ ਕਦੀ ਜਿਨ੍ਹਾਂ ਨੂੰ ਨਹੀਂ ਫੁਰਕਣ ਦਿੱਤਾ ਕਮਲੇ ਵਾਲੇ ਦੀ ਜੰਜ ਤੇਰੀ ਹਯਾਤੀ ਹੋਵੇ ਮੇਰੀ ਗੱਲ ਤੇ ਪੱਕਾ ਰਵੇ ਹੇ ਵਾਲੇ ਦੀ ਜੰਜ ਯਾਰੇ ਸਾਜੀ ਯਾਦ ਤੇਰੀ ਜੁਰਤ ਤੂੰ ਨਾ ਬੁਲੇ ਸੇ ਵਾਲੇ ਦੀ ਜੰਗ ਯਾਰੇ ਖਦੀ ਮੌਲਾ ਤੁਹਾਨੂੰ ਬੜੇ ਰੰਗ ਲਾਵੇ ਵਾਲੇ ਦੀ ਮੇਰੇ ਤੋਂ ਕਰੋੜਾਂ ਦਰਜੇ ਚੰਗੇ ਪੜਨ ਵਾਲੇ ਸਾਹਿਬ ਸਾਹਿਬ ਜਨਾਬੇ ਡੱਕੂ ਸਾਹਿਬ ਸ਼ਾਬਾਜ਼ ਪਾਕਿਸਤਾਨ ਜਨਾਬੇ ਮਲਕ ਜਾਫਰ ਤਿਆਰ ਸਾਹਿਬ ਜਨਾਬ ਸਫਦਰ ਸਾਕੀ ਸਾਹਿਬ ਇੱਥੇ ਮੇਰੇ ਸਾਰੇ ਮਹਿਮਾਨ ਕਮਲੇ ਵਾਲੇ ਦੀ ਬੋਲੇ ਨਹੀਂ ਤਾਂ ਮੈਂ ਮੋਕ ਮਰਸਾਂ ਹੇ ਕਾਲੀ ਕਮਲੇ ਵਾਲੇ ਦੀ ਅੜੀ ਵਾਲੇ ਹਲਾਲੀ ਮਵਾਲੀ ਕਰਾਮਨ ਕਾਤਮੀ ਲਿਖਦੇ ਪਏ ਕਿਹੜਾ ਬੰਦਾ ਮੁਹੰਮਦ ਦੀ ਸ਼ਾਦੀ ਤੇ ਖੁਸ਼ ਖਦੀ ਜਾਦੇ ਅੱਲਾ ਵੇਲਾ ਰੇਸ਼ੇ ਤੇ ਫਾਰੇਸ਼ੇ ਗਿਣਾਈ ਹੈ ਕਾਲੀ ਕਮਲੇ ਵਾਲੇ ਤੁਹਾਡੀਆਂ ਜਵਾਨੀਆਂ ਸਲਾਮਤ ਰਹਿਣ ਜ਼ਿੰਦਾਬਾਦ ਜ਼ਿੰਦਾਬਾਦ ਗਿਣਾਈ ਹੈ ਕਾਲੀ ਕਮਲੇ ਵਾਲੇ ਦੀ ਕਿਆ ਬਾਤ ਹੈ ਬਵਾਣ ਵਾਲਿਓ ਤੁਹਾਨੂੰ ਹੁਸੈਨ ਦੀ ਮਾਂ ਇੱਜ਼ਤ ਦੇ ਬਹੁਜੀਓ ਤੂੰ ਕਿਹਾ ਹੱਕ ਅਦਾ ਕਰ ਦਿੱਤਾ ਹੈ ਤੇਰੀ ਹਯਾਤੀ ਹੋਵੇ ਬੁੱਢੜਾ ਸਹੀ ਹੋ ਤੈਨੂੰ ਤਾਂ ਇਨਸ਼ਾਅੱਲਾ ਬੁਖਾਰ ਹੀ ਨਾ ਹੋਵੇ ਇਹ ਨਾ ਹੋਵੇ ਤਾਂ ਸਰ ਜ਼ੀਰੋ ਤੇ ਆਊਟ ਹੈ ਤੁਹਾਡੀਆਂ ਹਯਾਤੀਆਂ ਕੋਈ ਤੌਜ਼ੀ ਨਹੀਂ ਕੋਈ ਤਸ਼ਰੀਹ ਨਹੀਂ ਜਨਾਬ ਖਦੀਜਤੁਲ ਕੁਬਰਾ ਫਰਮਾਉਂਦੀਆਂ ਕਿਬਲਾ ਮੈਂ ਦੁਲਹਨ ਬਣ ਕੇ ਬੈਠੀ ਹਾਂ ਮੈਂ ਸੋਚ ਰਹੀ ਹਾਂ ਨਾ ਵਾਲਦ ਮੌਜੂਦ ਹੈ ਨਾ ਭਾਈ ਬਾਰਾਤ ਦੀ ਰੁਖਸਤੀ ਕਿਸ ਤਰੀਕੇ ਨਾਲ ਹੋਵੇ ਪੁੱਤਰ ਮੈਂ ਇੱਧਰ ਵੇਖਣਾ ਬਾਰਾਤ ਦੀ ਰੁਖਸਤੀ ਕਿਸ ਤਰੀਕੇ ਨਾਲ ਹੋਵੇ ਹਰ ਸ਼ੈ ਦੀ ਮਾਲਿਕ ਮੁਖਤਾਰ ਮੈਂ ਆਪਾਂ ਸਰਬਰਾਹ ਮੈਂ ਆਪਾਂ ਜਿਹੜੇ ਅਲੀ ਵਾਲੇ ਹਲਾਲੀ ਮਵਾਲੀ ਆਏ ਬੈਠੇ ਹੋ ਬੀਬੀ ਆਦੀਏ ਮੈਂ ਸੁਚੈਂਦੀ ਪਈਆਂ ਮੇਰੀਆਂ ਅੱਖਾਂ ਬੰਦ ਹੋ ਗਈਆਂ ਬੀਬੀ ਅੱਖ ਤਾਂ ਅੱਖਾਂ ਖੋਲੀਆਂ ਓ ਮੈਂ ਤਾਂ ਸੁਣਦੀ ਪਈ ਹਾਂ ਮੈਂ ਬੜਾ ਕੁਛ ਸੋਚਣਾ ਬੀਬੀ ਆਦੀਆਂ ਮੈਂ ਅੱਖਾਂ ਖੋਲੀਆਂ ਮੈਂ ਡਿੱਠਾ ਮੇਰੇ ਸਾਹਮਣੇ ਚਾਰ ਬੀਬੀਆਂ ਬੈਠੀਆਂ ਚਾਰ ਬੀਬੀਆਂ ਜਿਹੜੇ ਅਲੀ ਵਾਲੇ ਹਲਾਲੀ ਮਵਾਲੀ ਬੈਠੇ ਹੋ ਖਦੀਜਾ ਦੀਏ ਦਰਵਾਜ਼ੇ ਬੰਦ ਨੇ ਆ ਕਿਦੂ ਗਈਆਂ ਖਦੀਜਾ ਨੇ ਪੁੱਛਣਾ ਕੀਤਾ ਤੁਸੀਂ ਕੌਣ ਹੋ ਜਿਹੜੇ ਸਮਝਦਾਰ ਬੰਦੇ ਬੈਠੇ ਹੋ ਬੀਬੀਆਂ ਵੇਖ ਕੇ ਅੱਗੇ ਆਦੀਆਂ ਨਾਦੀਆਂ ਨੇ ਮਲਕਾ ਸਨ
نساط حیا ہے او ملکہ میدر بک نساط حیا ہے او یا رائنہ بات ہے زندہ باد واڑی جمالی سلام غازی تھانو بڑے رنگ لاوے بیبیاں ویکھ کے گیا دیاں دیاں ملکہ سلام نساں تے ہے او ملکہ سلام کملی والدی تیرے برکت بہیو بہیو خدا ہے کالی کملی والدی دنگے والی جمانیاں سلامت رہیں ختم پڑھائی ہوں راضی رہے ہیں جناب خدیجہ فرمے دیاں میری ڈولی آ گئی ہے عمران دے ویڑے پھول کے در نہ ویکھ مجھ در ویکھ اللہ یاتی کری میری ڈولی آ گئی ہے عمران دے ویڑے بی بی ادیے میں مسجد تے بیٹھی آئیں لازے دے بعد میری ٹیکل ایمان دا بابا ہن سارے تکتاں نے نا محسن رسالات ابو العیمہ سید البتہا مربی دین سرکار حضرت عمران تشریف لے آئے خدیجہ تو مسند چھٹ گئی عمران نے نوہ دے سر تے ہتھ رکھیا فرمائیں میری پیاری نو میری نیک بیٹی میں تیرا سہرا سمجھدار بندہ جڑے بیٹھے ہو میں تیرا سہرا علی دا بابا میاں تیرے شوہر دے پالن والا میاں تیرا تے محمد دا نکاح خان میاں کدھر ٹر گئے سمجھدار بندے تواڈی حیاتی ہوے مولا تھانوں وڈے رنگ لاوے بہو جیو تیری حیاتی ہوے اس گھر دا مالک مختار میاں تو ہن آئیں اس ماحول تو نوارے دین نا واقف ہیں میرا حق کہ میں تینوں اپنا تعارف کراما ہائے ویکھیا دیے مولا میں تکے ویلے دی منتظر رہاں مینو اپنا تعارف کراؤ خیال میں دے رکھنا ہے عمران نے اپنا تعارف کرایا فرمایا تین دسے نا میرے گھر دی آب و ہوا فضا کیا ہے میرے گھر اچ کیڑی کیڑی شائے تو سمے در ویکھنے تواڈی حیاتی ہوئے مسکرا کے کیا دینا دینے میرے گھر ہر شاز میں تیرے لائے اے کالی کملے والے دی دنے
آؤ.